ਮੈਂ ਤੁਹਾਨੂੰ ਪੈਸਿਆਂ ਦਾ ਹਿਸਾਬ ਕਿਉਂ ਦਵਾਂ ਬਾਈ? ਤੁਸੀਂ ਮੈਨੂੰ ਦੇ ਕੇ ਗਏ ਜੇ ਜਿਹੜਾ ਮੈਂ ਤੁਹਾਨੂੰ ਹਿਸਾਬ ਦਵਾਂ ਪੈਸਿਆਂ ਦਾ। ਜਿਹੜੇ ਬੰਦੇ ਨੇ ਮੈਨੂੰ ਪੈਸੇ ਦਿੱਤੇ ਆ ਉਹ ਮੇਰੇ ਤੋਂ ਹਿਸਾਬ ਮੰਗੇ, ਮੈਨੂੰ ਦੇ ਦੂੰਗਾ, ਪਰ ਤੁਸੀਂ ਕੌਣ ਮੰਗਣ ਵਾਲੇ ਮੇਰੇ ਤੋਂ? ਸਹੀ ਕਿਹਾ, ਸੱਚ ਕਿਹਾ, ਸੱਚ ਕਿਹਾ, ਲਿਖਿਆ ਤੁਸੀਂ ਵਾਕਈ ਕੈਪਸ਼ਨ ਦੇ ਵਿੱਚ ਕਿ ਸੱਚ ਸੱਚ ਹੀ ਹੁੰਦਾ, ਵਾਕਈ ਸੱਚ ਸੱਚ ਹੀ ਹੁੰਦਾ। ਹਾਂ, ਮੈਂ ਜਿੰਦੇ ਤੋਂ ਮਰਜ਼ੀ ਪੈਸਿਆਂ ਦਾ ਹਿਸਾਬ ਕਿਤਾਬ ਪੁੱਛਾਂ, ਮੈਂ ਜਿੰਦੇ ਤੋਂ ਮਰਜ਼ੀ ਪੈਸਿਆਂ ਦਾ ਹਿਸਾਬ ਕਿਤਾਬ ਪੁੱਛਾਂ, ਪਰ ਤੁਸੀਂ ਮੈਨੂੰ ਨਹੀਂ ਪੁੱਛ ਸਕਦੇ। ਜੇ ਤੁਸੀਂ ਮੈਨੂੰ ਪੈਸਿਆਂ ਦਾ ਹਿਸਾਬ ਕਿਤਾਬ ਪੁੱਛੋਗੇ ਤਾਂ ਮੈਂ ਤੁਹਾਨੂੰ ਕਤੀੜਾਂ ਕਹੂੰਗਾ ਕਿ ਕਤੀੜਾਂ ਮੇਰੇ ਤੋਂ ਹਿਸਾਬ ਕਿਤਾਬ ਪੁੱਛਦੀਆਂ, ਮੈਨੂੰ ਦੇ ਕੇ ਗਈਆਂ। ਹਾਂ, ਪਰ ਮੈਨੂੰ ਹੱਕ ਆ, ਮੈਂ ਲੱਖੇ ਤੋਂ ਪੁੱਛਾਂ, ਭਾਨੇ ਤੋਂ ਪੁੱਛਾਂ, ਭਾਵੇਂ ਮੈਂ ਅੰਮ੍ਰਿਤਪਾਲ ਤੋਂ ਪੁੱਛਾਂ, ਹਾਂ ਮੈਂ ਪੁੱਛ ਸਕਦਾ। ਵਾਹ ਤੇਰੇ ਸੱਜਣਾ, ਵਾਹ ਤੇਰੇ ਸੱਜਣਾ। ਹਾਂ ਸ਼ਾਮ ਸੁੰਦਰ ਬਿੰਦਰਾ, ਕੀ ਹਾਲ ਆ ਤੇਰੇ, ਕਰਦੇ ਸ਼ੇਰ ਹੈ? ਬੜੀ ਵਧੀਆ ਗੱਲ ਆ ਬਾਬੇ, ਉਹ ਸਮਝ ਹੀ ਗਏ ਹੋਗੇ ਤੁਸੀਂ ਮੈਂ ਨਾਂ ਤਾਂ ਕੀ ਲੈਣਾ ਉਸ ਬੰਦੇ ਦਾ, ਕਿਉਂਕਿ ਉਹ ਬੰਦਾ ਵੀ ਆਂਦਾ ਸੀ ਹੈ। ਹੁਣ ਮੈਂ ਦਿਨੇ ਤੜਕੇ ਤੜਕੇ ਨਾਂ ਕੀ ਲੈ ਕੇ ਮੂੰਹ ਗੰਦਾ ਕਰਨਾ। ਚਲੋ ਮੈਂ ਕਿਹਾ ਵੀ ਆਪਾਂ ਵੀ ਕੀ ਮੂੰਹ ਗੰਦਾ ਕਰਨਾ ਨਾਂ ਲੈ ਕੇ, ਵੀ ਮੈਂ ਗੱਲ ਕਰ ਲੈਂਦਾ, ਮੈਂ ਕਿਹਾ ਨਾਂ ਲਾਏ ਤੋਂ ਬਿਨਾਂ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ। ਹਾਂ ਉਹ ਆਂਦਾ ਵੀ ਜਿਹਨੇ ਬੰਦੇ ਨੇ ਮੈਨੂੰ ਪੈਸੇ ਦਿੱਤੇ ਨਹੀਂ ਉਹ ਮੇਰੇ ਤੋਂ ਹਿਸਾਬ ਪੈਸਿਆਂ ਦਾ ਕਾਹਦਾ ਮੰਗੇ। ਸਹੀ ਗੱਲ ਕਹੀ ਉਹਨੇ, ਇਹ ਗੱਲ ਉਸ ਬੰਦੇ ਨੇ ਬਿਲਕੁਲ ਸਹੀ ਗੱਲ ਕਹੀ ਆ ਵੀ ਜਿਹੜੇ ਬੰਦੇ ਨੇ ਉਹਨੂੰ ਦਿੱਤੇ ਨਹੀਂ ਉਹ ਹਿਸਾਬ ਕਿਉਂ ਦਵੇ, ਪਰ ਉਦੋਂ ਪਹਿਲਾਂ ਆਪਦੇ ਤੇ ਲਾਗੂ ਕਰਨਾ ਪੈਣਾ। ਹਾਂ ਉਹ ਬੰਦਾ ਅੰਮ੍ਰਿਤਪਾਲ ਤੋਂ, ਲੱਖੇ ਤੋਂ, ਭਾਨੇ ਤੋਂ, ਜਿੰਦੇ ਤੋਂ ਮਰਜ਼ੀ ਹਿਸਾਬ ਮੰਗੇ, ਹਾਂ ਉਹ ਮੰਗ ਸਕਦਾ। ਕਿਤੇ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਦੱਸ ਲੱਖੇ ਨੂੰ ਕਿਹੜੇ ਡਾਲਰ ਦਿੱਤੇ ਆ, ਭਾਨੇ ਨੂੰ ਕਿਹੜੇ ਡਾਲਰ ਦਿੱਤੇ ਆ, ਅੰਮ੍ਰਿਤਪਾਲ ਨੂੰ ਕਿਹੜੇ ਡਾਲਰ ਦਿੱਤੇ, ਜਿਹੜਾ ਤੂੰ ਉਹਨਾਂ ਤੋਂ ਹਿਸਾਬ ਪੁੱਛਦਾ ਫਿਰਦਾ, ਦੱਸ ਪਹਿਲਾਂ ਇਸ ਗੱਲ ਦਾ ਸਪਸ਼ਟੀਕਰਨ ਦੇ ਦੇਣਾ ਤੂੰ। ਆ ਤੇਰੀਆਂ ਵੀਡੀਓ ਆਈਆਂ ਸੀ ਹੈ, ਤੂੰ ਆਂਦਾ ਵੀ ਲੱਖਾ ਸਾਨੂੰ ਹਿਸਾਬ ਦੇਵੇ, ਭਾਨਾ ਸਾਨੂੰ ਹਿਸਾਬ ਦੇਵੇ, ਹੈਂ ਤੂੰ ਉਹਨਾਂ ਨੂੰ ਡਾਲਰ ਦੇ ਕੇ ਗਿਆ ਸੀ ਜਿਹੜਾ ਉਹ ਤੈਨੂੰ ਹਿਸਾਬ ਦੇਵੇ, ਜੇ ਤੈਨੂੰ ਕੋਈ ਹਿਸਾਬ ਪੁੱਛੇ ਤੂੰ ਉਹਨਾਂ ਨੂੰ ਕਤੀੜਾਂ ਤੱਕ ਦੱਸਦਾ। ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਪਿਆਰ ਕਰਨ ਵਾਲੇ ਜਿਹੜੇ ਤੁਸੀਂ ਵੀਰ ਜੁੜੇ ਹੋ ਨਾਲ। ਹਾਂ ਸੰਦੀਪ, ਦੀਪ ਮਾਲਵੇ ਵਾਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੱਗਾ ਚੌਧਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜੱਗੇ ਤੂੰ ਸਮਝ ਹੀ ਗਿਆ ਹੋਵੇਗਾ। ਤਜਿੰਦਰ ਸਿੰਘ ਮਾਗਟ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੇ ਬੰਦੇ ਦੀ ਗੱਲ ਕਰ ਰਿਹਾ ਉਹ ਬੰਦੇ ਦੀ ਮੈਂ ਵੀਡੀਓ ਵੇਖੀ, ਬੰਦੇ ਨੇ ਬੜਾ ਵਧੀਆ ਕੈਪਸ਼ਨ ਚ ਲਿਖਿਆ, ਕਹਿੰਦਾ ਸੱਚ ਸੱਚ ਹੀ ਹੁੰਦਾ। ਮੈਂ ਮੰਨ ਗਿਆ ਵੀ ਸੱਚ ਸੱਚ ਹੀ ਹੁੰਦਾ, ਮੈਂ ਵੀ ਮੰਨਦਾ ਯਾਰ ਇਸ ਗੱਲ ਨੂੰ ਵੀ ਸੱਚ ਸੱਚ ਹੀ ਹੁੰਦਾ। ਉਹ ਗੱਲ ਕਰਦਿਆਂ ਕਰਦਿਆਂ ਉਹ ਬੰਦੇ ਨੇ ਇੱਕ ਵਿੱਚੋਂ ਗੱਲ ਕੀਤੀ ਵੀ ਕਹਿੰਦਾ ਵੀ ਜਿਹੜੀ ਇਬਾਬਤ ਕੌਰ ਨਾਂ ਦੀ ਇੱਕ ਧੀ ਆ ਜਿਹੜੀ ਬਿਮਾਰ ਆ, ਜਿਹਨੂੰ ਕੋਈ ਪਤਾ ਨਹੀਂ 18 ਕਰੋੜ ਦਾ ਕਿੰਨਾ ਟੀਕਾ ਲੱਗਣਾ, ਉਹਦੇ ਬਾਬਤ ਉਹਦੇ ਕੋਲੋਂ ਕੋਈ ਪੈਸੇ ਇਕੱਠੇ ਹੋਏ ਹੋਣੇ ਆ ਕਿ ਨਹੀਂ ਹੋਏ, ਚਲੋ ਇਹਦੇ ਬਾਰੇ ਨਹੀਂ ਮੈਨੂੰ ਪਤਾ। ਵੀ ਉਹ ਬੰਦਾ ਕਹਿੰਦਾ ਵੀ ਮੈਨੂੰ ਲੋਕੀ ਪੁੱਛਦੇ ਆ ਵੀ ਤੂੰ ਹਿਸਾਬ ਦਿਓ ਪੈਸਿਆਂ ਦਾ, ਕਹਿੰਦਾ ਮੈਂ ਕਿਉਂ ਦਵਾਂ, ਤੁਸੀਂ ਮੈਨੂੰ ਦੇ ਕੇ ਗਏ ਹੋ, ਸਹੀ ਗੱਲ ਆਉਂਦੀ ਵੀ ਤੁਸੀਂ ਦਿੱਤੇ ਮੈਂ ਉਹਨੂੰ ਹਿਸਾਬ ਮੰਗ, ਪਰ ਉਹ ਜਿੰਦੇ ਤੋਂ ਮਰਜ਼ੀ ਹਿਸਾਬ ਪੁੱਛ ਸਕਦਾ। ਹਾਂ ਉਹ ਅੰਮ੍ਰਿਤਪਾਲ ਤੋਂ ਪੁੱਛ ਸਕਦਾ, ਲੱਖੇ ਤੋਂ, ਭਾਨੇ ਤੋਂ ਪੁੱਛ ਸਕਦਾ, ਉਹਨੂੰ ਖੋਲ ਆ। ਹਾਂਜੀ ਉਹਨੂੰ ਖੋਲ ਆ। ਤਜਿੰਦਰ ਸਿੰਘ ਮਾਗਟ ਕਹਿੰਦਾ ਹਾਂ ਸਹੀ ਬਾਬਾ, ਉਸ ਬੰਦੇ ਨੂੰ ਖੁੱਲ ਆ। ਯਾਰ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ।
ਵਾਹ ਤੇਰੇ ਸੱਜਣਾ, ਵਾਹ ਤੇਰੇ ਸੱਜਣਾ। ਇੰਨਾ ਯਾਰ ਬੰਦਾ ਦੱਸੋ ਯਾਰ, ਤੂੰ ਲੋਕਾਂ ਤੋਂ ਹਿਸਾਬ ਕਿਤਾਬ ਲਾਈਵ ਹੋ ਕੇ ਚੈਨਲਾਂ ਤੇ ਜਾ ਜਾ ਪੁੱਛੇ, ਹੈਂ ਲੱਖਾ ਸਾਨੂੰ ਹਿਸਾਬ ਦੇਵੇ, ਭਾਨਾ ਸਾਨੂੰ ਹਿਸਾਬ ਦੇਵੇ, ਭਾਨੇ ਕੋਲ ਗੱਡੀਆਂ ਕਿੱਥੋਂ ਆਈਆਂ, ਹੈ ਭਾਨਾ ਖਰਚਾ ਕਿੱਥੋਂ ਇੰਨਾ ਕਰਦਾ, ਅੰਮ੍ਰਿਤਪਾਲ ਕੋਲ ਇੰਨਾ ਪੈਸਾ ਕਿੱਥੋਂ ਆਇਆ, ਹੈ ਉਹ ਖਾਲਸਾ ਵੀਰ ਕਿਵੇਂ ਚਲਾਉਂਦਾ ਰਿਹਾ, ਵਾਹ ਤੇਰੇ, ਉਹ ਤੁਹਾਨੂੰ ਹਿਸਾਬ ਕਿਤਾਬ ਦੇਣ, ਹੈ ਜੇ ਤੈਨੂੰ ਕੋਈ ਪੁੱਛੇ ਤੂੰ ਗਾਲਾਂ ਕੱਢੇ ਅੱਗੋਂ, ਵਾਹ ਤੇਰੇ। ਫਿਰ ਦੱਸ ਤੂੰ ਅੰਮ੍ਰਿਤਪਾਲ ਦੇ ਕਿੰਨੇ ਡਾਲਰ ਪਵਾ ਕੇ ਆਇਆ ਜਿਹੜਾ ਤੂੰ ਹਿਸਾਬ ਮੰਗਦਾ, ਲੱਖੇ ਦੇ ਭਾਨੇ ਦੇ ਕਿੰਨੇ ਤੂੰ ਕਿਹੜੇ ਤੂੰ ਡਾਲਰ ਦਿੱਤੇ ਆ, ਦੱਸ ਸੰਗਤ ਨੇ ਦਿੱਤੇ ਆ ਨਾ, ਜਿਹੜੇ ਲੋਕਾਂ ਨੇ ਦਿੱਤੇ ਉਹ ਅੰਮ੍ਰਿਤਪਾਲ ਤੋਂ ਲੱਖੇ ਤੋਂ ਭਾਨੇ ਤੋਂ ਹਿਸਾਬ ਮੰਗਣ, ਜੀ ਸਦਕੇ ਮੰਗਣ, ਕੋਈ ਨਹੀਂ ਰੋਕ ਸਕਦਾ। ਪਰ ਤੂੰ ਕੌਣ ਹੈ ਪੁੱਛਣ ਵਾਲਾ, ਤੂੰ ਆਪਦੇ ਤੇ ਵੀ ਆ ਜਾ, ਹੁਣ ਤੇਰੇ ਤੇ ਗੱਲ ਆ, ਦੱਸ ਨਾ ਹਣੀ ਸਿੰਘ ਕਰ ਦੋ ਸ਼ੇਅਰ, ਸਾਰੇ ਭਰਾ ਪਿਆਰ ਕਰਨ ਵਾਲੇ ਜਿੰਨੇ ਵੀਰ ਨਾਲ ਜੁੜੇ ਉਹਨਾਂ ਸਾਰੇ ਵੀਰ ਸ਼ੇਅਰ ਕਰ ਦੋ ਵੀਡੀਓ ਨੂੰ, ਤੂੰ ਜਿਹਨੂੰ ਮਰਜ਼ੀ ਪੁੱਛੇ ਤੈਨੂੰ ਪੂਰਾ ਹੱਕ ਆ, ਹੈਂ। ਪਰ ਜਦੋਂ ਬੰਦਾ ਤੈਨੂੰ ਕੋਈ ਪੁੱਛੇ ਫਿਰ ਉਹਨਾਂ ਨੂੰ ਕਤੀੜਾਂ ਕਹਿਣਾ, ਹੈ ਕਿ ਕਤੀੜਾਂ ਆ ਗਈਆਂ, ਉਹ ਕਤੀੜਾਂ ਮੈਂ ਨਾਂ ਨਹੀਂ ਲੈਂਦਾ ਖੇ ਦਿਨੇ ਦਿਨੇ, ਹੈਂ ਮੈਂ ਆਪਦਾ ਮੂੰਹ ਨਹੀਂ ਗੰਦਾ ਕਰਨਾ ਚਾਹੁੰਦਾ। ਵਾਹ ਤੇਰੇ ਬੱਲੇ ਉਹ ਚਲਾਕ ਸੱਜਣਾ, ਬੱਲੇ ਉਹ ਚਲਾਕ ਸੱਜਣਾ, ਐਂ ਗੱਲ ਚੱਲੂਗੀ ਯਾਰ, ਹੈਂ ਐ ਨਹੀਂ ਚੱਲਣੀ ਗੱਲ ਭਾ, ਐ ਨਹੀਂ ਗੱਲ ਚੱਲਣੀ। ਹਾਂ ਜੇ ਹਿਸਾਬ ਅਗਲਿਆਂ ਤੋਂ ਮੰਗਣਾ ਨਾ ਫਿਰ ਹਿਸਾਬ ਪੁੱਛਣਗੇ ਵੀ, ਫਿਰ ਜਿਗਰਾ ਰੱਖਿਆ ਕਰੋ, ਜੇਰਾ ਰੱਖਿਆ ਕਰੋ ਵੱਡਾ ਸਾਰਾ, ਫਿਰ ਗਾਲਾਂ ਨਾ ਕੱਢਿਆ ਕਰੋ, ਫਿਰ ਦੱਸਿਆ ਕਰੋ ਅਗਲਿਆਂ ਨੂੰ। ਜੇ ਤੁਸੀਂ ਅਗਲੇ ਨੂੰ ਪੁੱਛਦੇ ਹੋ ਹਿਸਾਬ ਕਿਤਾਬ ਮੰਗਦੇ ਹੋ ਤੁਸੀਂ, ਫਿਰ ਜੇ ਬੰਦਿਆਂ ਨੇ ਥੋਥੋ ਕਿਸੇ ਨੇ ਜਿੰਨੇ ਪੁੱਛ ਲਿਆ ਤੁਹਾਡੇ ਤੋਂ, ਫਿਰ ਤੁਸੀਂ ਗਾਲਾਂ ਕੱਢ ਦੋ ਵੀ ਮੈਂ ਹਿਸਾਬ ਕਿਤਾਬ ਕਿਉਂ ਦਵਾਂ ਵੀ ਤੁਸੀਂ ਮੈਨੂੰ ਪੈਸੇ ਦੇ ਕੇ ਗਏ ਹੋ। ਹਾਂ ਤੂੰ ਇਹ ਗੱਲ ਕਹੀ ਆ, ਵਾਹ ਵੀ ਵਾਹ ਤੇਰੇ ਸੱਜਣਾ, ਵਾਹ ਵੀ ਵਾਹ। ਹਾਂ ਜੱਗੇ ਚੌਧਰੀ ਕਰਦੇ ਸ਼ੇਅਰ ਗਰੁੱਪਾਂ ਦੇ ਵਿੱਚ, ਜਿਹੜੇ ਭਰਾ ਤੁਸੀਂ ਨਾਲ ਜੁੜੇ ਹੋ ਸਾਰੇ ਵੀਰ ਕਰ ਦੋ ਸ਼ੇਅਰ। ਵੈਸੇ ਮੈਂ ਕੱਲ ਵੀ ਵੀਡੀਓ ਪਾਈ ਸੀ ਬਾਬਿਓ, ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਆ, ਮੈਂ ਇਸ ਬਾਬਤ ਕੱਲ ਵੀ ਵੀਡੀਓ ਪਾਈ ਸੀ, ਤੁਸੀਂ ਸਾਰਿਆਂ ਨੇ ਸੋਹਣੀ ਲਈ ਹੋਣੀ ਆ, ਆਪਣੇ ਪੇਜ ਤੇ ਪਈ ਆ, ਠੀਕ ਹੈ ਕਿ ਨਹੀਂ ਵੀਰੋ? ਸੱਚੀ ਗੱਲ ਆ ਯਾਰ, ਗੁੱਸਾ ਨਹੀਂ ਕੋਈ, ਕੋਈ ਆਪਣਾ ਕਿਹੜੇ ਨਾ ਕਿਹੜਾ ਕਿਸੇ ਨਾਲ ਵੱਟ ਨਾ ਰੌਲਾ, ਕਿਸੇ ਬੰਨੇ ਨਾ ਰੌਲਾ ਜੇ ਆਪਣਾ ਕੋਈ, ਹੈ ਬਿਲਕੁਲ ਨਹੀਂ। ਪਰ ਸੱਚੀ ਗੱਲ ਆ ਯਾਰ, ਹੈਂ ਜੇ ਅਸੀਂ ਲੋਕਾਂ ਤੋਂ ਹਿਸਾਬ ਮੰਗੀਏ, ਹੈਂ ਤੇ ਜੇ ਅਸੀਂ ਕਿਸੇ ਤੋਂ ਬਾਅਦ ਚ ਹਿਸਾਬ ਮੰਗਦੇ ਫਿਰ ਸਾਨੂੰ ਤੁਸੀਂ ਗਾਲਾਂ ਕੱਢਦੇ ਹੋ। ਦੱਸੋ ਤੁਸੀਂ ਜਿੰਦੇ ਤੋਂ ਮਰਜ਼ੀ ਹਿਸਾਬ ਕਿਤਾਬ ਮੰਗ ਸਕਦੇ ਹੋ, ਤੁਹਾਨੂੰ ਪੂਰਾ ਹੱਕ ਆ, ਤੁਹਾਨੂੰ ਆਜ਼ਾਦੀ ਆ, ਹੈਂ ਤੁਹਾਨੂੰ ਪੂਰੀ ਆਜ਼ਾਦੀ ਵੀ ਤੂੰ ਜਿੰਦੇ ਤੋਂ ਮਰਜ਼ੀ ਹਿਸਾਬ ਕਿਤਾਬ ਮੰਗੇ, ਜਿਹਨੂੰ ਮਰਜ਼ੀ ਆਖੇ ਤੂੰ ਵੀ ਦਿਓ ਸਾਨੂੰ ਹਿਸਾਬ, ਦਿਓ ਸਾਨੂੰ ਹਿਸਾਬ, ਵੀ ਤੂੰ ਡਾਲਰ ਦੇ ਕੇ ਗਿਆ ਅਗਲੇ ਨੂੰ, ਤੈਨੂੰ ਹਿਸਾਬ ਅਗਲਾ ਦੇਵੇ, ਹੈਂ ਤੇ ਜੇ ਤੈਨੂੰ ਅਗਲਾ ਕੋਈ ਪੁੱਛਦਾ ਤੂੰ ਉਹਨੂੰ ਕਤੀੜਾ ਦੱਸਦਾ, ਕਤੀੜਾ ਨੂੰ ਮੈਂ ਹਿਸਾਬ ਕਿਉਂ ਦਵਾਂ ਵੀ ਮੈਨੂੰ ਪੈਸੇ ਦੇ ਕੇ ਗਏ ਆ। ਦੱਸੋ ਗੱਲ ਸਟੈਂਡ ਤੇ ਰਿਹਾ ਕਰੋ ਬਾਬਿਓ, ਗੱਲ ਸਟੈਂਡ ਤੇ ਰਿਹਾ ਕਰੋ ਵੀ ਜੇ ਤੁਸੀਂ ਹਿਸਾਬ ਪੁੱਛਦੇ ਹੋ, ਲੱਖੇ ਤੋਂ ਪੁੱਛਦੇ ਹੋ, ਭਾਨੇ ਤੋਂ ਪੁੱਛਦੇ ਹੋ, ਅੰਮ੍ਰਿਤਪਾਲ ਤੋਂ ਪੁੱਛਦੇ ਹੋ, ਠੀਕ ਆ ਪੁੱਛ ਲਿਆ ਤੁਸੀਂ, ਕੋਈ ਗੱਲ ਨਹੀਂ, ਠੀਕ ਹੈ ਕਿ ਨਹੀਂ? ਤੇ ਜੇ ਅਗਲੇ ਨੇ ਤੁਹਾਡੇ ਤੋਂ ਪੁੱਛ ਲਿਆ ਫਿਰ ਉਹ ਕਤੀੜਾਂ ਹੋ ਗਈਆਂ, ਫਿਰ ਉਹ ਕਤੀੜਾਂ ਹੋ ਗਈਆਂ, ਫਿਰ ਉਹ ਕਤੀੜਾਂ ਹੋ ਗਈਆਂ ਵੀ ਸਾਨੂੰ ਜੇ ਕੋਈ ਹਿਸਾਬ ਪੁੱਛੂਗਾ ਕਤੀੜਾ ਤੇ ਅਸੀਂ ਜਿੰਦੇ ਤੋਂ ਮਰਜ਼ੀ ਪੁੱਛ ਗਏ,
ਬੱਲੇ ਉਹ ਚਲਾਕ ਸੱਜਣਾ ਤੇਰੇ ਵਾਸਤੇ। ਵਾਹ ਸੱਜਣਾ, ਐ ਨੀ ਕੰਮ ਚੱਲਣਾ ਯਾਰ, ਐ ਨਾ ਕਰਿਆ ਕਰੋ, ਹੈਂ ਫਿਰ ਜਿਗਰਾ ਰੱਖਿਆ ਕਰੋ ਯਾਰ, ਹੈਂ। ਗੁਰਲਾਭ ਮਾਨ ਗੱਲ ਨੀ, ਗੱਲ ਤਾਂ ਬਾਬਿਆ ਇਹ ਆ ਬਈ, ਜੇ ਆਪਾਂ ਦੂਜਿਆਂ ਬੰਦਿਆਂ ਤੋਂ ਹਿਸਾਬ ਕਿਤਾਬ ਮੰਗਦੇ ਆ, ਪੁੱਛੋ ਯਾਰ ਆਪਾਂ ਨੂੰ ਕੀ ਆ, ਜੇ ਕੋਈ ਦਿੱਤਾ ਤਾਂ ਪੁੱਛੋ ਉਹਨੂੰ, ਜੇ ਅਗਲੇ ਬੰਦਿਆਂ ਨੇ ਪੁੱਛ ਲਿਆ ਫਿਰ ਤੁਸੀਂ ਗਾਲਾਂ ਕੱਢਦੇ ਹੋ, ਫਿਰ ਤੁਸੀਂ ਉਹਨਾਂ ਨੂੰ ਕਤੀੜਾਂ ਕਹਿੰਦੇ ਹੋ ਵੀ ਸਾਨੂੰ ਕਿਉਂ ਹਿਸਾਬ ਮੰਗਦਾ, ਕੋਈ ਕਿਸੇ ਨੇ ਸਾਨੂੰ ਦਿੱਤਾ ਵੀ ਜਿਹੜਾ ਅਸੀਂ ਤੁਹਾਨੂੰ ਹਿਸਾਬ ਦੇ, ਚੰਗੀ ਗੱਲ ਆ ਬਈ, ਜੇ ਤੁਹਾਨੂੰ ਕਿਸੇ ਨੇ ਕੋਈ ਦਿੱਤਾ ਨਹੀਂ ਤਾਂ ਹਿਸਾਬ ਮੰਗਦਾ ਬੰਦਾ ਚੰਗਾ ਹੀ ਨਹੀਂ ਲੱਗਦਾ, ਠੀਕ ਆ। ਜੇ ਤੁਸੀਂ ਅੰਮ੍ਰਿਤਪਾਲ ਨੂੰ ਕੋਈ ਦਿੱਤਾ ਨਹੀਂ, ਲੱਖੇ ਨੂੰ ਕੋਈ ਦਿੱਤਾ ਨਹੀਂ, ਭਾਨੇ ਨੂੰ ਕੁਛ ਨਹੀਂ ਦਿੱਤਾ, ਤੁਸੀਂ ਪੰਜੀ ਤੁਸੀਂ ਦਿੱਤੀ ਨਹੀਂ, ਫਿਰ ਤੁਸੀਂ ਹਿਸਾਬ ਮੰਗਣ ਦਾ ਤੁਹਾਡੇ ਕੋਲ ਕਿਹੜਾ ਹੱਕ ਆ ਦੱਸੋ, ਫਿਰ ਆ ਵੀ ਹਿਸਾਬ ਲਾਓ ਨਾ ਨਾਲ ਲਗਮਾ। ਉਦੋਂ ਨਹੀਂ ਫਿਰ ਜਿਗਰਾ ਨਹੀਂ ਪੈਂਦਾ, ਫਿਰ ਨਹੀਂ ਜਿਗਰਾ ਪੈਂਦਾ, ਫਿਰ ਅਸੀਂ ਗਾਲਾਂ ਤੇ ਉਤਰਦੇ ਹਾਂ ਵੀ ਅਸੀਂ ਗਾਲਾਂ ਕੱਢਾਂਗੇ ਜੇ ਸਾਨੂੰ ਕੋਈ ਬੰਦਾ ਹਿਸਾਬ ਪੁੱਛੂਗਾ। ਹਾਂ ਫਿਰ ਅਸੀਂ ਗਾਲਾਂ ਕੱਢਾਂਗੇ ਜੇ ਸਾਨੂੰ ਕੋਈ ਹਿਸਾਬ ਪੁੱਛੂ, ਅਸੀਂ ਗਾਲਾਂ ਕੱਢਾਂਗੇ, ਅਸੀਂ ਜਿਹਦੇ ਨੂੰ ਮਰਜ਼ੀ ਪੁੱਛ ਸਕਦੇ ਹਾਂ, ਸਾਨੂੰ ਪੂਰੀ ਖੁੱਲ੍ਹ ਤੇ ਆਜ਼ਾਦੀ ਆ, ਇਹ ਕਿਵੇਂ ਹੋ ਸਕਦਾ ਬਾਬੇ ਦੱਸੋ, ਇਹ ਕਿਵੇਂ ਹੋ ਸਕਦਾ, ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜੇ ਨਾ। ਉਹਨੇ ਬਥੇਰੀਆਂ ਗੱਲਾਂ ਕੀਤੀਆਂ ਪਰ ਨਾਲ ਦੀਆਂ ਤੁਹਾਨੂੰ ਪਤਾ ਜਵਾਬ ਦੇਈ ਜਾਣਾ, ਹੁਣ ਕੋਈ ਚੱਕਰ ਨਹੀਂ, ਭੱਜਦਿਆਂ ਨੂੰ ਵਾਹਣ ਇੱਕੋ ਜਿਹਾ, ਕੋਈ ਗੱਲ ਹੀ ਕੋਈ ਨਹੀਂ। ਹਾਂ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਦੋਵਾਂ ਨੂੰ, ਬਸ ਓਏ ਅੰਮ੍ਰਿਤਪਾਲ ਕੋਲ ਇੰਨੀਆਂ ਗੱਡੀਆਂ ਕਿੱਥੋਂ, ਕਰੋੜਾਂ ਦੀਆਂ ਗੱਡੀਆਂ ਅੰਮ੍ਰਿਤਪਾਲ ਕੋਲ ਕਿੱਥੋਂ ਆ ਗਈਆਂ, ਸਮਝ ਨਹੀਂ ਲੱਗਦੀ ਅੰਮ੍ਰਿਤਪਾਲ ਕੋਲ ਗੱਡੀਆਂ ਕਿੱਥੋਂ ਆ ਗਈਆਂ, ਕਿਉਂ ਇਹਦਾ ਤੇਲ ਖਰਚਾ ਕਿਵੇਂ ਚੱਲਦਾ ਹੋਊ ਅੰਮ੍ਰਿਤਪਾਲ ਦਾ ਯਾਰ, ਸਮਝ ਨਹੀਂ ਆਉਂਦੀ। ਹੈਂ ਆਹ ਭਾਨੇ ਕੋਲ ਕਿੱਥੋਂ ਆ ਕਰੋੜ ਦੀ ਗੱਡੀ ਆ ਗਈ, ਇਹਦੇ ਕੋਲ 6-7 ਕਿੱਲੇ ਪੈ ਲਈ ਆ, ਇਹ ਭਾਨੇ ਕੋਲ ਕਿੱਥੋਂ ਆ ਗਈ, ਆਹ ਲੱਖੇ ਕੋਲ ਕਿੱਥੋਂ ਆ ਗਈਆਂ ਗੱਡੀਆਂ ਯਾਰ, ਲੱਖਾ ਸਾਨੂੰ ਦੱਸੇ ਯਾਰ, ਲੱਖਾਂ ਸਾਡੀਆਂ ਗੱਲਾਂ ਦਾ ਜਵਾਬ ਦੇਵੇ ਨਾ, ਲੱਖੇ ਕੋਲ ਕਿੱਥੋਂ ਆਈਆਂ ਗੱਡੀਆਂ, ਲੱਖੇ ਕੋਲ ਇੰਨਾ ਪੈਸਾ ਕਿੱਥੋਂ ਆਇਆ, ਲੱਖੇ ਦੀ ਕਿਹੜੀ ਫੈਕਟਰੀ ਚੱਲਦੀ ਆ ਦੱਸੋ, ਲੱਖਾਂ ਸਾਨੂੰ ਦੇਵੇ ਸਾਹ, ਭਾਨਾ ਸਾਨੂੰ ਹਿਸਾਬ ਦੇਵੇ, ਅੰਮ੍ਰਿਤਪਾਲ ਦਾ ਪਰਿਵਾਰ ਸਾਨੂੰ ਹਿਸਾਬ ਦੇਵੇ, ਹਾਂ ਦੇਵੇ, ਤੁਸੀਂ ਡਾਲਰ ਦਿੱਤੇ ਆ ਨਾ, ਤੁਹਾਨੂੰ ਹਿਸਾਬ ਦੇਵੇ, ਡਾਲਰ ਦਿੱਤੇ ਆ ਤੁਸੀਂ ਲੱਖੇ ਨੂੰ, ਭਾਨੇ ਨੂੰ, ਅੰਮ੍ਰਿਤਪਾਲ ਦੇ ਪਰਿਵਾਰ ਨੂੰ, ਜਿਹੜਾ ਤੁਹਾਨੂੰ ਹਿਸਾਬ ਦੇਵੇ। ਹੈਂ ਜੇ ਤੁਹਾਨੂੰ ਕੋਈ ਹਿਸਾਬ ਮੰਗੇ ਤੁਸੀਂ ਗਾਲਾਂ ਕੱਢਦੇ ਹੋ, ਤੁਸੀਂ ਕਤੀੜਾਂ ਦੱਸਦੇ ਉਹਨਾਂ ਨੂੰ, ਹੈਂ ਕਾਰਜ ਸਿੰਘ ਢਿੱਲੋਂ ਕੀ ਹਾਲ ਆ, ਵਧੀਆ ਵਧੀਆ ਕਾਰਜ ਸਿੰਘ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੋਰ ਕਾਰਜ ਆ ਠੀਕ ਹੈ ਤੂੰ, ਉਹ ਗੱਲ ਕਰਦਾ ਯਾਰ ਮੈਂ ਨਾ ਤਾਂ ਨਹੀਂ ਲੈਣਾ ਕਿਉਂਕਿ ਮੇਰਾ ਵੀ ਮੂੰਹ ਗੰਦਾ ਹੁੰਦਾ ਯਾਰ, ਨਾ ਲਿਆ ਐਵੇਂ ਦਿਨੇ ਦਿਨੇ ਆਪਾਂ ਮੂੰਹ ਗੰਦਾ ਕਿਉਂ ਕਰਨਾ, ਆਪਾਂ ਨਾਂ ਲਏ ਬਿਨਾਂ ਹੀ ਗੱਲ ਕਰ ਲੈਂਦੇ ਹਾਂ, ਸਮਝਣ ਵਾਲੇ ਸਮਝ ਗਏ ਸਾਰੇ ਬੰਦੇ, ਸਮਝਣ ਵਾਲੇ ਸਮਝ ਗਏ ਸਾਰੇ ਬੰਦੇ,
ਮੈਂ ਗੱਲ ਕਹਿੰਦੀ ਕਰਦਾ ਪਿਆ, ਮੈਂ ਨਾ ਲਾਏ ਤੋਂ ਬਿਨਾਂ ਹੀ ਗੱਲ ਕਰਦੇ ਨੇ ਆਪਾਂ ਵੀ, ਜਗਲਾਂ ਦਾ ਵੀ ਮੈਂ ਵੀ ਨਾ ਲਾਏ ਤੋਂ ਬਿਨਾਂ ਗੱਲ ਕਰਦਾ, ਮੈਂ ਆਪਾਂ ਵੀ ਨਾ ਲਾਏ ਤੋਂ ਬਿਨਾਂ ਗੱਲ ਕਰ ਲੈਣੇ, ਆਪਾਂ ਨੂੰ ਕੀ ਆ ਦੱਸੋ ਹੈਂ। ਹਾਂ ਕਾਰਜ ਢਿੱਲੋ, ਚੜ੍ਹਦਿਆਂ ਗਲਾ ਚੜ੍ਹਦਿਆਂ ਗਲਾ, ਤੂੰ ਦੱਸ ਪਰਿਵਾਰ ਠੀਕ ਆ? ਵਧੀਆ ਬਾਬੇ, ਵਧੀਆ ਵਧੀਆ ਕਾਰਜ ਢਿੱਲੋ। ਨਹੀਂ ਬਾਈ ਮਰੂਮੀ ਬਾਗੀ ਇਹ ਗੱਲ ਨੀ, ਮੈਂ ਨਾਮ ਨੀ ਲੈਣਾ ਹੁਣ, ਬੰਦੇ ਨੇ ਨਾਂ ਨੀ ਲਿਆ ਸੀ ਕਿਉਂ ਲਈਏ ਯਾਰ, ਅਸੀਂ ਜਿਵੇਂ ਮੂੰਹ ਗੰਦਾ ਕਰੀਏ ਆਪਦਾ, ਨਹੀਂ ਯਾਰ ਇਹ ਗੱਲ ਮਾੜੀ ਆ ਤੇਰੇ ਵਾਸਤੇ। ਗੁਰਲਾਭ ਮਾਨ ਰੋਮੀ ਨੇ ਤਾਂ ਹਾਂ ਜੱਗਾ ਚੌਧਰੀ ਆ ਬਾਬਾ ਜੀ, ਭਾਈ ਅੰਮ੍ਰਿਤਪਾਲ ਦੀ ਗੱਡੀ ਪੂਰੀ ਡਿਟੇਲ ਪਤਾ, ਉਹ ਗੱਡੀ ਗੁਰੂਗ੍ਰਾਮ ਦੇ ਕਿਸੇ ਪ੍ਰੇਮਨਾਥ ਦੇ ਨਾਂ ਤੇ, ਜਿਸ ਬੈਂਕ ਤੋਂ ਫਾਈਨੈਂਸ ਪਤਾ ਨੀ ਬਾਬੇ, ਆਪਣੇ ਕੋਲ ਇੰਨੀ ਨੌਲੇਜ ਨਹੀਂ ਹੈਗੀ ਆ ਜੱਗੇ ਚੌਧਰੀ ਵੀ ਜਿਹੜੀ ਗੱਲ ਦਾ ਆਪਾਂ ਨੂੰ ਪਤਾ ਨੀ ਜਾਂ ਕੁਛ ਵੀ, ਆਪਾਂ ਨਾਂ ਨੀ ਹੁੰਦਾ ਲੈਂਦੇ ਕਿਉਂ ਵੀ ਲਾਡੇ, ਆਪਾਂ ਵਿਦ ਪਰੂਫ ਗੱਲ ਕਰਦੇ ਆ ਬਿਨਾਂ ਆਪਾਂ ਐਵੇਂ ਕਿਸੇ ਦਾ ਕੁਛ ਵੀ ਕਹੀਏ। ਹਾਂਜੀ ਹੋਰ ਨੀ ਗੱਲ ਸੀ ਯਾਰ ਕੋਈ, ਕਿਉਂ ਆਪਣਾ ਕਿਹੜਾ ਕਿਹਾ ਵੱਟ ਦਾ ਰੌਲਾ, ਨਾ ਬੰਨੇ ਦਾ ਰੌਲਾ ਜਾਂ ਆਪਣਾ ਕੋਈ ਹੋਰ, ਸਾਡਾ ਵਿਚਾਰਾਂ ਦਾ ਰੌਲਾ, ਆਪਸੀ ਮਤਭੇਦ ਠੀਕ ਹੈ ਸਾਡੇ, ਕਿਸੇ ਨਾ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ, ਚਲੋ ਠੀਕ ਹੈ ਕੋਈ ਗੱਲ ਨਹੀਂ, ਪਰ ਐ ਤਾਂ ਅਸੀਂ ਭਰਾ ਭਰਾ, ਪਰ ਗੱਲਾਂ ਹੈ ਨਾ ਵੀ ਸਾਡੇ 'ਚ ਸਹਿਣ ਸ਼ਕਤੀ ਇੰਨੀ ਹੋਣੀ ਚਾਹੀਦੀ ਹੈ, ਜੇ ਅਸੀਂ ਅਗਲੇ ਤੋਂ ਜਵਾਬ ਮੰਗਦੇ ਹਾਂ ਪੈਸਿਆਂ ਦਾ ਮੰਨ ਲਓ ਠੀਕ ਹੈ ਕਿ ਨਹੀਂ, ਅਤੇ ਫਿਰ ਜੇ ਸਾਡੇ ਤੋਂ ਕਿਸੇ ਬੰਦੇ ਨੇ ਪੈਸਿਆਂ ਦਾ ਹਿਸਾਬ ਕਿਤਾਬ ਮੰਗਿਆ, ਫਿਰ ਅਸੀਂ ਉਹਨੂੰ ਗਾਲਾਂ ਨਾ ਕੱਢੀਏ ਬਾਈ, ਫਿਰ ਸਾਡਾ ਵੀ ਹੱਕ ਬਣਦਾ ਨਾ ਦੱਸਣ ਦਾ। ਹੋਰ ਸੁਣਾਓ ਬਾਬਿਓ ਕੋਈ ਗੱਲਬਾਤ ਨਵੀਂ ਤਾਜ਼ੀ ਤੁਸੀਂ? ਹਾਂਜੀ ਕੁਲਵੰਤ ਸਿੰਘ ਜੁੜਿਆ ਵਾ, ਕੁਲਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਹੋਰ ਕੁਲਵੰਤ ਸਿੰਘ ਕੀ ਹਾਲ ਚਾਲ ਨੇ, ਠੀਕ ਹੋ? ਵਧੀਆ ਬਾਬਿਓ ਵਧੀਆ ਵਧੀਆ ਵਧੀਆ। ਹਾਂ ਬਿੱਟੂ ਸੰਧੂ, ਬਿੱਟੂ ਸੰਧੂ, ਹੋਰ ਬਿੱਟੂ ਸੰਧੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਲਾਭ ਮਾਨ ਕਹਿੰਦਾ ਅੱਜ ਕੱਲ ਇੱਕ ਇਹਨਾਂ ਦੀ ਟੀਮ ਦਾ ਮੈਂਬਰ ਹੋਰ ਵੱਧ ਗਿਆ। ਕਿਹੜਾ ਬਾਬੇ ਵੱਧ ਗਿਆ? ਗੁਰਲਾਭ ਮਾਨ ਕਿਹੜਾ ਵਧਾ ਤਾ ਮੈਂਬਰ ਹੋਰ ਇਹਨਾਂ ਦਾ ਤੂੰ ਹੁਣ? ਕੋਈ ਮੈਂਬਰ ਤਾਂ ਚੱਲਦੀ ਰਹਿਣੇ ਆ, ਮੈਂਬਰ ਵੱਧਦੇ ਘੱਟਦੇ ਰਹਿੰਦੇ ਆ, ਕੋਈ ਚੱਲਣ ਤੋਂ ਮੈਂਬਰਾਂ ਦੀ ਗਿਣਤੀ ਹੈਂ, ਪ੍ਰਧਾਨ ਦੱਸੋ ਕਿਹੜਾ ਤੁਸੀਂ, ਮੈਂਬਰਾਂ ਨੂੰ ਕੁਛ ਨਹੀਂ ਹੁੰਦਾ ਹੈਂ। ਹਾਂ ਕਾਰਜ ਸਿੰਘ ਢਿੱਲੋ ਗਰਮੀ ਬਹੁਤ ਪੰਜਾਬ ਵਿੱਚ, ਹਾਂ ਗਰਮੀ ਬਹੁਤ ਆ ਬਸ ਬਾਬਿਓ, ਅੱਜ ਬੱਦਲ ਆਇਆ ਵੈਸੇ, ਅੱਜ ਮੌਸਮ ਬਹੁਤ ਠੰਡਾ
ਅੱਜ ਮੌਸਮ ਬਹੁਤ ਠੰਡਾ ਪਿਆ, ਕਿਉਂ ਮੌਸਮ ਹੈ? ਮਾਲਕ ਦੀ ਕਿਰਪਾ, ਸੱਚੇ ਸਤਿਗੁਰ ਦੀ, ਬਹੁਤ ਵਧੀਆ ਮੌਸਮ ਅੱਜ ਤਾਂ।